स्वागत जिंदगी प्यारे बच्चियो हुण तक तुसी नैतिक कदरां कीमतां तहत समय दी सही वरतों करन बारे चंगी तरह जान लिया है। उम्मीद है तुसी समय दी सही वरतों करनी शुरू कर दित्ती होवेगी। आओ अज आपां समय दी पाबंदी दी महत्ता बारे जानिए। प्यारे बच्चियो तुसी अपने नाल दे साथियां नूं देखो कि ओह अद्धी छुट्टी दी घंटी वज्जण तों बाद ही हाजिर हो गए हन। मास्टर जी अजय जसप्रीत नहीं आया। मास्टर जी की मैं अंदर आ सकदा हां? आजो पुत्र आजो, तुहाडे नाल दे सारे साथी घंटी वजन तों बाद क्लास विच समय नाल आ गए सी। तुसी किथे रह गए सी? मास्टर जी मैं सोचिया कि मैं कुछ होर समां खेड लवां। नहीं पुत्र, सानू सारिया नू समय दा पाबंद होना चाहिदा है। तुहाडे देर नाल आउण कारण मैं बच्चियां नू समय नाल पढ़ा नहीं सकिया। समय दी पाबंदी नाल संबंधित ਤੁਹਾਨੂੰ ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਜਿਸ ਤੋਂ ਤੁਹਾਨੂੰ ਸਮੇਂ ਦਾ ਪਾਬੰਦ ਹੋਣ ਦੀ ਪ੍ਰੇਰਣਾ ਮਿਲੇਗੀ। ਸੋਹਣ ਅਤੇ ਸਿਮਰਨ ਦੋਨੋਂ ਭੈਣ ਭਰਾ ਇੱਕੋ ਜਮਾਤ ਵਿੱਚ ਪੜ੍ਹਦੇ ਸਨ। ਸਿਮਰਨ ਸਮੇਂ ਦੀ ਪਾਬੰਦ ਸੀ ਪਰ ਸੋਹਣ ਬਿਲਕੁਲ ਵੀ ਸਮੇਂ ਦਾ ਪਾਬੰਦ ਨਹੀਂ ਸੀ। ਉਸਦੇ ਮਾਤਾ ਪਿਤਾ ਹਮੇਸ਼ਾ ਹੀ ਸੋਹਣ ਨੂੰ ਸਮੇਂ ਦੀ ਪਾਬੰਦੀ ਬਾਰੇ ਸਮਝਾਉਂਦੇ ਰਹਿੰਦੇ ਪਰ ਉਹ ਉਹਨਾਂ ਦੀ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਸੀ ਦਿੰਦਾ। ਅਤੇ ਆਖਰ ਜਦੋਂ ਸਾਲ ਦੇ ਅੰਤ ਵਿੱਚ ਉਹਨਾਂ ਦੀ ਜਮਾਤ ਦਾ ਨਤੀਜਾ ਆਇਆ ਤਾਂ ਸਿਮਰਨ ਆਪਣੀ ਕਲਾਸ ਵਿੱਚ ਅਵਲ ਆਈ ਪਰ ਸੋਹਣ ਦੀ ਕੋਈ ਪੁਜੀਸ਼ਨ ਨਾ ਆਉਣ ਕਾਰਨ ਉਹ ਬਹੁਤ ਉਦਾਸ ਹੋਇਆ ਅਤੇ ਅੱਗਿਓਂ ਤੋਂ ਹਰੇਕ ਕੰਮ ਸਮੇਂ ਸਿਰ ਕਰਨ ਦਾ ਪ੍ਰਣ ਲਿਆ। ਸੋ ਪਿਆਰੇ ਬੱਚਿਓ ਤੁਸੀਂ ਵੀ ਇਹ ਪ੍ਰਣ ਕਰੋ ਕਿ ਤੁਸੀਂ ਸਾਰੇ ਸਮੇਂ ਦੇ ਪਾਬੰਦ ਬਣੋਗੇ ਤਾਂ ਜੋ ਜ਼ਿੰਦਗੀ ਵਿੱਚ ਹਰੇਕ ਤਰ੍ਹਾਂ ਦੀ ਸਫਲਤਾ ਪ੍ਰਾਪਤ ਕਰ ਸਕੋ। ਮਾਸਟਰ ਜੀ ਹੁਣ ਮੈਂ ਸਮੇਂ ਦਾ ਪਾਬੰਦ ਬਣਾਂਗਾ। ਸ਼ਾਬਾਸ਼ ਬੱਚਿਓ, ਹੁਣ ਤੁਸੀਂ ਸਾਰਿਆਂ ਨੇ ਸਮੇਂ ਦਾ ਪਾਬੰਦ ਬਣਨਾ ਹੈ। ਬੱਚਿਓ ਜੋ ਅੱਜ ਤੁਸੀਂ ਸਮੇਂ ਦੀ ਪਾਬੰਦੀ ਬਾਰੇ ਕਹਾਣੀ ਸੁਣੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਸ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਹਾਂਜੀ ਮਾਸਟਰ ਜੀ, ਇਸ ਕਹਾਣੀ ਤੋਂ ਅਸੀਂ ਸਮੇਂ ਦਾ ਪਾਬੰਦ ਬਣਨ ਬਾਰੇ ਜਾਣਿਆ ਹੈ ਕਿ ਸਾਨੂੰ ਸਿਮਰਨ ਦੀ ਤਰ੍ਹਾਂ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਸਫਲ ਹੋ ਪਾਵਾਂਗੇ। ਸ਼ਾਬਾਸ਼, ਬਿਲਕੁਲ ਸਹੀ ਕਿਹਾ ਬੱਚਿਓ। ਹੁਣ ਤੁਸੀਂ ਘਰ ਜਾ ਕੇ ਆਪਣੀਆਂ ਆਪਣੀਆਂ ਕਾਪੀਆਂ 'ਤੇ ਇੱਕ ਸਮਾਂ ਸਾਰਣੀ ਬਣਾਉਣੀ ਹੈ ਅਤੇ ਆਪਣੇ ਸਾਰੇ ਦਿਨ ਦੇ ਕੰਮ ਉਸ ਸਮਾਂ ਸਾਰਣੀ ਮੁਤਾਬਕ ਸਮੇਂ ਅਨੁਸਾਰ ਕਰਨੇ ਹਨ ਜਿਸ ਨਾਲ ਤੁਹਾਨੂੰ ਸਮੇਂ ਦਾ ਪਾਬੰਦ ਬਣਨ ਵਿੱਚ ਮਦਦ ਮਿਲੇਗੀ। ਫਿਰ ਮਿਲਾਂਗੇ, ਧੰਨਵਾਦ।